ਡਰਾਈ ਟੂਬਾਂ ਨੂੰ 60 ਦਿਨ ਦਾ ਟਾਈਮ ਮਿਲਣਾ ਬਹੁਤ ਜ਼ਰੂਰੀ ਹੁੰਦਾ। ਡੀਵਰਮਿੰਗ ਜਿਹੜੀ ਹੈਗੀ ਆ ਉਹ ਟਾਈਮ ਟੂ ਟਾਈਮ ਕਰੀਏ। ਪਹਿਲੇ 15 ਦਿਨ ਆਪਾਂ ਪਸ਼ੂ ਨੂੰ ਪੀਕ 'ਤੇ ਨਹੀਂ ਲੈ ਕੇ ਆਉਣਾ। ਬੱਚੇਦਾਨੀ ਦੇ ਰਿਊਮਨ ਦੇ ਸਾਈਜ਼ ਨੂੰ ਨੋਰਮਲ ਹੁੰਦਿਆਂ 40 ਤੋਂ 45 ਦਿਨ ਦਾ ਸਮਾਂ ਲੱਗ ਜਾਂਦਾ ਵਾ। ਪਹਿਲੇ 15 ਦਿਨ ਆਪਾਂ ਫਰੈਸ਼ ਫੀਡ ਵਰਤਣੀ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਮਾਵਲ ਸਮਰਾ, ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸੌਣ ਤੋਂ ਬਾਅਦ ਆਪਾਂ ਗਾਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਵਾ, ਵੀ ਕਿੰਨਾ ਗੱਲਾਂ ਦਾ ਧਿਆਨ ਰੱਖ ਕੇ ਆਪਾਂ ਗਾਂ ਤੋਂ ਲੰਮਾ ਟਾਈਮ ਆਪਾਂ ਦੁੱਧ ਲੈ ਸਕਦੇ ਹਾਂ। ਕੁਛ ਵੀਰਾਂ ਦੇ ਸਵਾਲ ਵੀ ਹੈਗੇ ਸੀ, ਮੈਂ ਚਲੋ ਇਸ ਟੋਪਿਕ 'ਤੇ ਆਪਾਂ ਵੀਡੀਓ ਹੀ ਬਣਾ ਲੈਂਦੇ ਹਾਂ ਵੀ ਕਿੰਨਾ ਗੱਲਾਂ ਦਾ ਧਿਆਨ ਰੱਖ ਕੇ ਆਪਾਂ ਗਾਂ ਤੋਂ ਲੰਮਾ ਟਾਈਮ ਦੁੱਧ ਲੈ ਸਕਦੇ ਹਾਂ। ਸ਼ੁਰੂਆਤ ਕਰਦੇ ਹਾਂ ਫਿਰ ਅੱਜ ਦੀ ਵੀਡੀਓ ਦੀ। ਸਭ ਤੋਂ ਪਹਿਲਾਂ ਜਿਹੜਾ ਹੈਗਾ ਗਾਂ ਦਾ ਜਿਹੜਾ ਸੂਆ ਵਾ ਉਹ ਡਰਾਈ ਟਾਈਮ 'ਤੇ ਡਿਪੈਂਡ ਕਰਦਾ ਵਾ ਵੀ ਆਪਾਂ ਗਾਂ ਨੂੰ ਸੌਣ ਤੋਂ ਪਹਿਲਾਂ ਕਿੰਨੇ ਦਿਨ ਪਹਿਲਾਂ ਜਿਹੜਾ ਆਪਾਂ ਗਾਂ ਨੂੰ ਡਰਾਈ ਕੀਤਾ ਵਾ। ਜਦੋਂ ਆਪਣੇ ਗਾਂ ਦੇ ਸੌਣ ਦੇ 70 ਤੋਂ 75 ਦਿਨ ਰਹਿ ਜਾਂਦੇ ਆ, ਆਪਾਂ ਗਾਂ ਨੂੰ ਉਦੋਂ ਡਰਾਈ ਕਰਨਾ ਸ਼ੁਰੂ ਕਰ ਦੇਣਾ। ਕਈ ਵੀਰ ਹੁੰਦੇ ਆ ਵੀ ਜਦੋਂ 2 ਮਹੀਨੇ ਰਹਿ ਜਾਂਦੇ ਆ ਉਦੋਂ ਗਾਂ ਨੂੰ ਡਰਾਈ ਕਰਨਾ ਸ਼ੁਰੂ ਕਰਦੇ ਆ, ਤਾਂ ਉਹ ਡਰਾਈ ਕਰਦੇ 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 ਜਾ ਕੇ 45 ਦਿਨਾਂ 'ਤੇ ਜਾ ਕੇ ਗਾਂ ਨੂੰ ਟੂਬਾਂ ਚੜ੍ਹਦੀਆਂ ਵਾ, ਜਿਹਦੇ ਕਰਕੇ ਗਾਂ ਦਾ ਡਰਾਈ ਪੀਰੀਅਡ ਛੋਟਾ ਹੋਣ ਕਰਕੇ ਉਸ ਚੀਜ਼ ਦਾ ਜਿਹੜਾ ਅਸਰ ਹੈਗਾ ਗਾਂ ਦੇ ਅਗਲੇ ਸੂਏ 'ਤੇ ਜਾ ਕੇ ਪੈਂਦਾ। ਸੋ ਕੋਸ਼ਿਸ਼ ਆਪਾਂ ਇਹ ਕਰਨੀ ਹੈ ਵੀ ਆਪਾਂ 70-75 ਦਿਨ ਪਹਿਲਾਂ ਗਾਂ ਨੂੰ ਡਰਾਈ ਕਰਨਾ ਸ਼ੁਰੂ ਕਰ ਦਈਏ, ਤਾਂ ਜੋ ਜਦੋਂ ਗਾਂ ਦੇ ਸੂਣ ਦੇ 60 ਦਿਨ ਰਹਿ ਜਾਂਦੇ ਆ ਉਦੋਂ ਗਾਂ ਨੂੰ ਡਰਾਈ ਟੂਬਾਂ ਜਿਹੜੀਆਂ ਚੜ੍ਹ ਜਾਣ। ਡਰਾਈ ਟੂਬਾਂ ਨੂੰ 60 ਦਿਨ ਦਾ ਟਾਈਮ ਮਿਲਣਾ ਬਹੁਤ ਜ਼ਰੂਰੀ ਹੁੰਦਾ ਵਾ। ਉਸ ਤੋਂ ਬਾਅਦ ਵਿੱਚ ਜਿਹੜਾ ਆਪਾਂ ਜਦੋਂ ਗਾਂ ਦੇ ਸੂਣ 'ਤੇ 20-21 ਦਿਨ ਰਹਿ ਜਾਂਦੇ ਆ ਉਦੋਂ ਆਪਾਂ ਡੀ ਕੈਡ ਦਾ ਧਿਆਨ ਰੱਖਣਾ ਵਾ, ਜਿਹੜਾ ਮੈਂ ਪਿਛਲੀ ਵੀਡੀਓ ਵਿੱਚ ਦੱਸਿਆ ਸੀ ਉਹ ਤੁਸੀਂ ਪਿਛਲੀ ਵੀਡੀਓ ਦੇਖ ਸਕਦੇ ਹੋ ਵੀ ਆਪਾਂ ਡੀ ਕੈਡ ਕਿੱਦਾਂ ਪਸ਼ੂ ਨੂੰ ਕਰਨਾ, ਕਿੱਦਾਂ ਧਿਆਨ ਰੱਖਣਾ ਵਾ। ਜਦੋਂ ਆਪਾਂ ਪ੍ਰੋਪਰ ਡੀ ਕੈਡ ਕਰ ਦਿੰਦੇ ਟ੍ਰਾਂਜੈਕਸ਼ਨ ਪੀਰੀਅਡ ਦਾ ਪ੍ਰੋਪਰ ਧਿਆਨ ਰੱਖ ਲੈਂਦੇ ਹਾਂ, ਉਸ ਤੋਂ ਬਾਅਦ ਜਦੋਂ ਐਨੀਮਲ ਸੂ ਜਾਂਦਾ ਵਾ ਸੂਣ ਤੋਂ ਬਾਅਦ ਆਪਾਂ ਕੀ ਕਰਨਾ ਵਾ, ਸੂਣ ਤੋਂ ਪਹਿਲੇ ਜਿਹੜੇ 2-3 ਦਿਨ ਹੈਗੇ ਆ ਆਪਾਂ ਐਨੀਮਲ ਦਾ ਜਿਹੜਾ ਪੂਰਾ ਦੁੱਧ ਨਹੀਂ ਕੱਢਣਾ ਗਾ, ਕਿਉਂਕਿ ਜਿਹੜਾ ਪਹਿਲਾ ਦੁੱਧ ਜਿਹੜਾ ਹੁੰਦਾ, ਪਹਿਲੇ 2-3 ਜਿਹੜਾ ਦੁੱਧ ਹੁੰਦਾ ਜਿਹਨੂੰ ਆਪਾਂ ਬੌਲਾ ਕਹਿ ਦਿੰਦੇ ਹਾਂ, ਉਹਦੇ ਵਿੱਚ ਕੈਲਸ਼ੀਅਮ ਅਤੇ ਮਿਨਰਲਸ ਵਿਟਾਮਿਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਜਦੋਂ ਇੱਕਦਮ ਆਪਾਂ ਪਸ਼ੂ ਦਾ ਸਾਰਾ ਦੁੱਧ ਜਿਹੜਾ ਕੱਢ ਲੈਂਦੇ ਹਾਂ ਅਤੇ ਪਸ਼ੂ ਨੂੰ ਜਿਹੜਾ ਹੈਗਾ ਮਿਲਕ ਫੀਵਰ ਹੋ ਜਾਂਦਾ ਵਾ। ਜਦੋਂ ਆਪਣੇ ਐਨੀਮਲ ਨੂੰ ਜਿਹੜਾ ਪਸ਼ੂ ਨੂੰ ਮਿਲਕ ਫੀਵਰ ਹੋ ਗਿਆ ਅਤੇ ਉਸ ਤੋਂ ਬਾਅਦ ਵਿੱਚ ਪਸ਼ੂ ਦਾ ਜਿਹੜਾ ਹੈਗਾ ਵਾ ਇੱਕ ਤਾਂ ਜਿੱਦਾਂ ਵੀਕ ਹੋ ਜਾਏਗਾ ਪਸ਼ੂ, BCS ਲੈਵਲ ਡਾਊਨ ਹੋ ਜਾਏਗਾ, ਪਸ਼ੂ ਆਪਣਾ ਰਿਪੀਟਰ ਹੋ ਜਾਏਗਾ। ਇਹਨਾਂ ਚੀਜ਼ਾਂ ਦੇ ਨਾਲ ਨਾਲ ਜਿਹੜਾ ਹੈ ਕਈ ਵਾਰ ਪਸ਼ੂ ਜਿਹੜਾ ਹੈਗਾ ਆਪਣਾ ਪੀਕ 'ਤੇ ਆਉਂਦਾ ਆਉਂਦਾ ਕਾਫੀ ਲੰਮਾ ਟਾਈਮ ਲਾ ਦਿੰਦਾ, ਕਈ ਵਾਰ ਪਸ਼ੂ ਆਪਣਾ ਪੀਕ 'ਤੇ ਆਉਂਦਾ ਹੀ ਨਹੀਂ। ਪੂਰੀ ਲੈਕਟੇਸ਼ਨ ਵਿੱਚ ਆਪਣੇ ਐਨੀਮਲ ਨੇ ਜਿੰਨਾ ਦੁੱਧ ਦੇਣਾ ਹੁੰਦਾ ਉਹਨਾਂ ਦੁੱਧ ਉਹ ਨਹੀਂ ਦੇ ਪਾਉਂਦਾ। ਇਸ ਲਈ ਆਪਾਂ ਕੋਸ਼ਿਸ਼ ਇਹ ਕਰਨੀ ਹੈ ਵੀ ਪਹਿਲੇ 2-3 ਦਿਨ ਜਿਹੜਾ ਪਸ਼ੂ ਦਾ ਹੈਗਾ ਵਾ ਪੂਰਾ ਦੁੱਧ ਨਾ ਕੱਢਿਆ ਜਾਵੇ। ਪਹਿਲੇ ਜਿਹੜਾ ਹੈਗਾ ਵਾ ਕਿਸੇ ਵੀ ਕੰਪਨੀ ਦੀ ਆਪਾਂ ਜਿਹੜੀ ਹੈ ਪਹਿਲੇ 15 ਦਿਨ ਆਪਾਂ ਫਰੈਸ਼ ਫੀਡ ਵਰਤਣੀ ਹੈ। ਫਰੈਸ਼ ਫੀਡ ਦਾ ਜਿਹੜਾ ਕੰਮ ਹੁੰਦਾ ਵਾ ਵੀ ਜਿਹੜਾ ਉਸ ਦੇ ਵਿੱਚ ਇੱਕ ਤਾਂ ਨਿਊਟ੍ਰੀਸ਼ਨ ਵੈਲਿਊ ਬਹੁਤ ਹਾਈ ਹੁੰਦੀ ਹੈ ਵੀ ਵਿਟਾਮਿਨ ਮਿਨਰਲਸ ਦੀ ਮਾਤਰਾ ਉਸ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ। ਜਿੰਨਾ ਆਪਾਂ ਬੌਲਾ ਕੱਢਦੇ ਹਾਂ ਜਿੰਨੇ ਮਿਨਰਲਸ ਦੀ ਕਮੀ ਉਸ 'ਚ ਆਉਂਦੀ ਹੈ ਉਹ ਫਰੈਸ਼ ਫੀਡ ਦੇ ਵਿੱਚੋਂ ਉਹਦੀ ਉਹ ਰਿਕਵਰ ਹੋ ਜਾਂਦਾ ਵਾ। ਇੱਕ ਫਰੈਸ਼ ਫੀਡ ਦੇ ਵਿੱਚ ਜਿਹੜਾ ਹੈਗਾ ਵਾ NDF ਦੀ ਮਾਤਰਾ ਜਿਹੜੀ ਹੈ ਉਹ ਬਹੁਤ ਹੁੰਦੀ ਹੈ, NDF ਲੈਵਲ ਬਹੁਤ ਹਾਈ ਹੁੰਦਾ ਵਾ। NDF ਦਾ ਮੇਨ ਕੰਮ ਹੁੰਦਾ ਹੈ ਕਿ ਪਸ਼ੂ ਦੇ ਡਾਈਜੈਸਟ ਸਿਸਟਮ 'ਤੇ ਕੰਮ ਕਰਨਾ ਵੀ ਜੋ ਵੀ ਆਪਾਂ ਪਸ਼ੂ ਨੂੰ ਆਪਾਂ ਡਾਈਟ ਦੇ ਰਹੇ ਹਾਂ ਉਸ ਨੂੰ ਹਜ਼ਮ ਕਰਨ ਵਿੱਚ ਹੈਲਪ ਕਰਨਾ। ਇਸ ਲਈ ਉਸ NDF ਦੀ ਮਾਤਰਾ ਬਹੁਤ ਹੁੰਦੀ ਹੈ ਅਤੇ ਪਹਿਲੇ ਕੁਛ ਸ਼ੁਰੂਆਤੀ ਦਿਨਾਂ ਦੇ ਵਿੱਚ ਆਪਾਂ ਧਿਆਨ ਦੇਣਾ ਵੀ ਜਦੋਂ ਆਪਣਾ ਪਸ਼ੂ ਨਵਾਂ ਸੋਇਆ ਹੁੰਦਾ ਵਾ ਅਤੇ ਉਹਨੂੰ ਆਪਾਂ ਗਲੂਕੋਜ਼ ਦੀ ਮਾਤਰਾ ਗਲੂਕੋਜ਼ ਲੈਵਲ ਆਪਾਂ ਉਹਦਾ ਅਪ ਕਰਕੇ ਰੱਖਣਾ, ਗਲੂਕੋਜ਼ ਲੈਵਲ ਬੈਲੈਂਸ ਰਹੇ। ਉਸ ਦੇ ਲਈ ਕੀ ਕਰਨਾ ਆਪਾਂ ਦੇਸੀ ਭਾਸ਼ਾ ਵਿੱਚ ਦੱਸ ਦਿੰਦੇ ਹਾਂ ਵੀ ਆਪਾਂ ਗੁਣਗੁਣਾ ਪਾਣੀ ਲੈਣਾ ਵਾ ਅਤੇ ਨੋਰਮਲ ਪਾਣੀ ਲੈ ਕੇ ਅਤੇ ਉਸ ਵਿੱਚ 200 ਤੋਂ ਲੈ ਕੇ 250 ML ਜਿਹੜਾ ਗੁੜ ਪਾ ਕੇ ਅਤੇ ਉਹਦਾ ਕਾੜਾ ਟੈਪ ਇੱਕ ਪਤਲਾ ਪਾਣੀ ਟੈਪ ਬਣਾ ਲੈਣਾ ਵਾ, ਉਹ ਪਸ਼ੂ ਨੂੰ ਆਪਾਂ ਪਿਆ ਦੇਣਾ ਵਾ। ਉਹਦੇ ਨਾਲ ਪਸ਼ੂ ਦਾ ਜਿਹੜਾ ਗਲੂਕੋਜ਼ ਲੈਵਲ ਹੈ ਉਹ ਡਾਊਨ ਨਹੀਂ ਹੋਵੇਗਾ, ਪਸ਼ੂ ਨੂੰ ਐਨਰਜੀ ਮਿਲੇਗੀ ਅਤੇ ਪਸ਼ੂ ਜਿਹੜਾ ਹੈਗਾ ਉਸਦੇ ਜਿੰਨਾ ਪਸ਼ੂ ਜ਼ਿਆਦਾ ਇਨਟੇਕ ਲਵੇਗਾ, ਜਿੰਨਾ ਪਸ਼ੂ ਸਟ੍ਰੈਸ ਫਰੀ ਰਹੇਗਾ, ਰੈਸਟ ਵਿੱਚ ਰਹੇਗਾ, ਉਨਾ ਹੀ ਪਸ਼ੂ ਜਿਹੜਾ ਹੈਗਾ ਵਾ ਜਿਹੜੇ ਸ਼ੁਰੂਆਤੀ ਦਿਨਾਂ ਦੇ ਵਿੱਚ ਰਿਕਵਰ ਜ਼ਿਆਦਾ ਹੋਊਗਾ। ਕਿਉਂਕਿ ਜਦੋਂ ਆਪਣਾ ਐਨੀਮਲ ਸੁੰਦਾ ਵਾ ਉਸ ਟਾਈਮ 'ਤੇ ਜਦੋਂ ਪ੍ਰੈਗਨੈਂਸੀ ਵਿੱਚ ਜਿਹੜਾ ਹੈਗਾ ਵਾ ਬੱਚੇਦਾਨੀ ਦਾ ਸਾਈਜ਼ ਵੱਡਾ ਹੋ ਜਾਂਦਾ, ਰਿਊਮਨ ਦਾ ਸਾਈਜ਼ ਛੋਟਾ ਹੋ ਜਾਂਦਾ ਵਾ। ਬੱਚੇਦਾਨੀ ਦੇ ਰਿਊਮਨ ਦੇ ਸਾਈਜ਼ ਨੂੰ ਨੋਰਮਲ ਹੁੰਦਿਆਂ 40 ਤੋਂ 45 ਦਿਨ ਦਾ ਸਮਾਂ ਲੱਗ ਜਾਂਦਾ ਵਾ। ਕੁਛ ਵੀਰ ਹੁੰਦੇ ਆ ਵੀ ਜਿਹੜੇ ਸ਼ੁਰੂਆਤੀ ਦਿਨਾਂ ਦੇ ਵਿੱਚ ਪਹਿਲੇ ਜਦੋਂ 3rd ਦਿਨ ਤੋਂ ਬਾਅਦ ਵਿੱਚ ਜਾ ਕੇ ਪਸ਼ੂ ਨੂੰ ਜਿਹੜਾ ਲੇਟੀ ਸ਼ੁਰੂ ਕਰ ਦਿੰਦੇ ਆ ਵੀ ਛੇਤੀ ਤੋਂ ਛੇਤੀ ਆਪਾਂ ਆਪਣੇ ਪਸ਼ੂ ਨੂੰ ਪੀਕ 'ਤੇ ਲੈ ਆਈਏ,
ਜਿਹੜਾ ਸ਼ੁਰੂਆਤੀ ਦਿਨਾਂ ਦੇ ਵਿੱਚ 10-12 ਦਿਨਾਂ ਦੇ ਵਿੱਚ ਜਿਹੜਾ ਪਸ਼ੂ ਪੀਕ ਤੇ ਆ ਜਾਂਦਾ ਵਾ ਉਹ ਲੰਮਾ ਟਾਈਮ ਦੁੱਧ ਤੇ ਨਹੀਂ ਰਹਿੰਦਾ ਗਾ ਕਿਉਂਕਿ ਸ਼ੁਰੂਆਤੀ ਜਿਹੜੇ ਇੱਕ ਤਾਂ ਉਹਨੂੰ ਕੈਲਸ਼ੀਅਮ ਦੀ ਡੈਫੀਸ਼ੀਐਂਸੀ ਬਹੁਤ ਆ ਜਾਂਦੀ ਹੈ ਜਦੋਂ ਇੱਕਦਮ ਪੀਕ ਫੜ ਜਾਂਦਾ ਵਾ ਉਹ ਹੌਲੀ ਹੌਲੀ ਜਿਹੜਾ ਆਪਣਾ ਪਸ਼ੂ ਹੈ ਉਹ ਡਾਊਨ ਹੋਣਾ ਸ਼ੁਰੂ ਹੋ ਜਾਂਦਾ ਵਾ ਉਹ ਘੱਟ ਟਾਈਮ ਜਿਹੜਾ ਹੈਗਾ ਵਾ ਖੜੇਗਾ ਜ਼ਿਆਦਾ ਟਾਈਮ ਬੈਠਾ ਰਹੇਗਾ ਆਮ ਪਸ਼ੂ ਨਾਲੋਂ ਜਗਾਲੀ ਘੱਟ ਕਰੇਗਾ ਜ਼ਿਆਦਾ ਪਹਿਲੀ ਗੱਲ ਤਾਂ ਮਿਲਕ ਫੀਵਰ ਹੋ ਜਾਂਦਾ ਵਾ ਮਿਲਕ ਫੀਵਰ ਵਿੱਚ ਕੀ ਹੁੰਦਾ ਕਿ ਪਸ਼ੂ ਦਾ ਟੈਂਪਰੇਚਰ ਜਿਹੜਾ ਡਾਊਨ ਹੋ ਜਾਂਦਾ ਵਾ ਅਗਰ ਪਸ਼ੂ ਦਾ ਟੈਂਪਰੇਚਰ ਡਾਊਨ ਟੈਂਪਰੇਚਰ ਵੀ ਪਸ਼ੂ ਦਾ ਸਹੀ ਰਹਿੰਦਾ ਵਾ ਫਿਰ ਵੀ ਆਪਣਾ ਪਸ਼ੂ ਬੈਠਾ ਜ਼ਿਆਦਾ ਟਾਈਮ ਬਹਿੰਦਾ ਵਾ ਘੱਟ ਟਾਈਮ ਗਾਲੀ ਕਰਦਾ ਵਾ ਪੱਠੇ ਥੋੜ੍ਹੇ ਖਾਂਦਾ ਵਾ ਸਾਈਲੇਜ ਇਨਟੇਕ ਹਰ ਇੱਕ ਚੀਜ਼ ਦਾ ਇਨਟੇਕ ਜਦੋਂ ਘਟਾ ਜਾਂਦਾ ਵਾ ਉਦੋਂ ਕੀ ਆ ਪਸ਼ੂ ਵਿੱਚ ਕੈਲਸ਼ੀਅਮ ਦੀ ਕਮੀ ਆ ਜਾਂਦੀ ਹੈ ਅਤੇ ਉਦੋਂ ਆਪਾਂ ਕੀ ਹੈ ਕਿ ਮਾਈਫੈਕਸ ਦੀ ਜਿਹੜੀ ਬੋਤਲ ਹੈ ਉਹ ਆਪਾਂ ਇਸਨੂੰ ਸਲੋ ਕਰਕੇ ਲਗਾ ਦੇਣੀ ਆ ਕਿਉਂਕਿ ਜਦੋਂ ਆਪਾਂ ਪਸ਼ੂ ਨੂੰ ਬੈਠਣ ਨਹੀਂ ਦੇਣਾ ਜਦੋਂ ਪਸ਼ੂ ਸੂਣ ਤੋਂ ਬਾਅਦ ਬੈਠ ਜਾਂਦਾ ਵਾ ਉਦੋਂ ਉਸਨੂੰ ਖੜ੍ਹਾ ਕਰਨਾ ਬੜਾ ਔਖਾ ਹੋ ਜਾਂਦਾ ਵਾ ਇਸ ਲਈ ਆਪਾਂ ਕੋਸ਼ਿਸ਼ ਇਹ ਕਰਨੀ ਹੈ ਕਿ ਪਹਿਲੇ 15 ਦਿਨ ਆਪਾਂ ਪਸ਼ੂ ਨੂੰ ਪੀਕ 'ਤੇ ਨਹੀਂ ਲੈ ਕੇ ਆਉਣਾ ਪਹਿਲੇ 15 ਦਿਨ ਉਹਨੂੰ ਨੋਰਮਲ ਖੁਰਾਕ ਪਾਉਣੀ ਹੈ ਵੀ ਜਿਹਦੇ ਨਾਲ ਉਸਨੂੰ ਸਿਰਫ ਐਨਰਜੀ ਮਿਲੇ ਦੁੱਧ ਦਾ ਆਪਾਂ ਜ਼ਿਆਦਾ ਪਹਿਲੇ ਦਿਨ ਜਿਹੜਾ ਹੈਗਾ ਲਾਲਚ ਨਹੀਂ ਲੈਣਾ ਗਾ ਪਹਿਲੇ 15 ਦਿਨ ਆਪਾਂ ਪਸ਼ੂ ਨੂੰ ਪੀਕ 'ਤੇ ਨਹੀਂ ਲੈ ਕੇ ਜਾਣਾ ਗਾ ਉਸ ਤੋਂ ਬਾਅਦ ਵਿੱਚ ਜਦੋਂ ਆਪਣਾ ਪਸ਼ੂ ਮੈਲਾ ਮਾਰਨਾ ਸ਼ੁਰੂ ਕਰ ਦਿੰਦਾ ਵਾ ਉਸ ਤੋਂ ਬਾਅਦ ਜਿੰਨੇ ਆਪਣਾ ਪਸ਼ੂ ਦੁੱਧ ਦੇ ਰਿਹਾ ਹੁੰਦਾ ਵਾ ਉਸ ਦੇ ਦੁੱਧ ਦੇ ਹਿਸਾਬ ਦਾ 2.5 ਕਿਲੋ ਦੁੱਧ ਦੇ ਹਿਸਾਬ ਨਾਲ ਆਪਾਂ 1 ਕਿਲੋ ਫੀਡ ਨੂੰ ਆਪਾਂ ਉਸਦੀ ਡਾਈ ਵਿੱਚ ਇੰਕਲੂਡ ਕਰ ਦੇਣਾ ਵਾ ਜਦੋਂ ਆਪਾਂ 15 ਦਿਨ ਤੋਂ ਬਾਅਦ ਵਿੱਚ ਪਸ਼ੂ ਨੂੰ ਆਪਾਂ ਪੀਕ ਫੜਾਉਣੀ ਸ਼ੁਰੂ ਕਰਦੇ ਹਾਂ ਉਦੋਂ ਤੱਕ ਪਸ਼ੂ ਜਿਹੜਾ ਆਦਾ ਜਿਹੜਾ ਸਰੀਰ ਸੈੱਟ ਹੋ ਜਾਂਦਾ ਵਾ ਪਸ਼ੂ ਦਾ ਇਨਟੇਕ ਵਧੀਆ ਹੋ ਜਾਂਦਾ ਜਦੋਂ ਪਸ਼ੂ ਵਧੀਆ ਪ੍ਰੋਪਰ ਇਨਟੇਕ ਲਊਗਾ ਉਦੋਂ ਲੰਮਾ ਟਾਈਮ ਦੁੱਧ ਦਿੰਦਾ ਵਾ ਇਸ ਲਈ 15 ਦਿਨ ਤੋਂ ਬਾਅਦ ਜਦੋਂ ਆਪਾਂ ਪਸ਼ੂ ਨੂੰ ਪੀਕ ਫੜਾਉਂਦੇ ਹਾਂ ਉਹ ਪੂਰੀ ਲੈਕਟੇਸ਼ਨ ਜ਼ਿਆਦਾ ਪੂਰਾ ਵਧੀਆ ਦੁੱਧ ਦਿੰਦਾ ਵਾ ਅਤੇ ਇਹਨਾਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਵੀ ਸ਼ੁਰੂਆਤੀ ਦਿਨਾਂ ਦੇ ਵਿੱਚ ਆਪਾਂ ਜਿਹੜਾ ਪਸ਼ੂ ਨੂੰ ਜ਼ਿਆਦਾ ਪੀਕ ਨਹੀਂ ਫੜਾਉਣੀਗੀ 15-20 ਦਿਨ ਤੋਂ ਬਾਅਦ ਵਿੱਚ ਜਿਹੜਾ ਪਸ਼ੂ ਪੀਕ ਨੂੰ ਆਪਾਂ ਫੜਾਵਾਂਗੇ ਜਾ ਕੇ ਉਹ 25-30 ਦਿਨ ਤੱਕ ਜਾ ਕੇ ਪੀਕ ਫੜੂਗਾ ਉਹ ਪਸ਼ੂ ਲੰਮਾ ਟਾਈਮ ਦੁੱਧ ਦਿੰਦਾ ਵਾ ਉਹਦਾ BCS ਵੀ ਮੇਨਟੇਨ ਰਹਿੰਦਾ ਵਾ ਰਿਪੀਟਰ ਦੀ ਕੋਈ ਦਿੱਕਤ ਨਹੀਂ ਆਉਂਦੀ ਉਸ ਪਸ਼ੂ ਨੂੰ ਹਰ ਇੱਕ ਪਾਸੋਂ ਪਸ਼ੂ ਜਿਹੜਾ ਉਹ ਆਪਾਂ ਨੂੰ ਲਾਹੇਵੰਦ ਰਹਿੰਦਾ ਵਾ ਅਤੇ ਇਹ ਤਾਂ ਹੋ ਗਈਆਂ ਚਲੋ ਡਾਇਟ ਦੀਆਂ ਗੱਲਾਂ ਉਸ ਤੋਂ ਬਾਅਦ ਵਿੱਚ ਜਦੋਂ ਆਪਾਂ ਪਸ਼ੂ ਨੂੰ ਲੰਮਾ ਟਾਈਮ ਦੁੱਧ ਚਲਾਉਣ ਲਈ ਆਪਾਂ ਜਿਹੜਾ ਰੱਖਣਾ ਧਿਆਨ ਵੀ ਆਪਾਂ ਪਸ਼ੂ ਦੀ ਡੀਵਰਮਿੰਗ ਜਿਹੜੀ ਹੈਗੀ ਆ ਉਹ ਟਾਈਮ ਟੂ ਟਾਈਮ ਕਰੀਏ ਕਿਉਂਕਿ ਜੇ ਆਪਾਂ ਡੀਵਰਮਿੰਗ ਆਪਣੇ ਲੇਟ ਹੋ ਜਾਂਦੀ ਆ ਪਸ਼ੂ ਦੇ ਜੇ ਅੰਦਰ ਜੀਵ ਪੈਦਾ ਹੋ ਜਾਂਦੇ ਆ ਜਾਂ ਜਿੱਦਾਂ ਕੀੜੇ ਆਪਾਂ ਕਹਿ ਦਿੰਦੇ ਬੈਕਟੀਰੀਆ ਪੈਦਾ ਹੋ ਜਾਂਦੇ ਉਹ ਆਪਾਂ ਜਿੰਨੀ ਖੁਰਾਕ ਪਾਈ ਜਾਂਦੇ ਹਾਂ 70% ਜਿਹੜੀ ਹੈਗੀ ਉਹ ਫੀਡ ਜਿਹੜਾ ਆਪਾਂ ਖੁਰਾਕ ਜਿਹੜੀ ਹੈਗੀ ਆ ਉਹ ਕੀੜੇ ਖਾਧੀ ਜਾਂਦੇ ਆ ਆਪਣੇ ਵੱਲੋਂ ਪਸ਼ੂ ਪੂਰਾ ਖੁਰਾਕ ਖਾ ਰਿਹਾ ਹੁੰਦਾ ਵਾ ਪਰ ਪਸ਼ੂ ਨੂੰ ਖੁਰਾਕ ਲੱਗ ਨਹੀਂ ਰਹੀ ਇਸ ਲਈ ਆਪਾਂ ਕੋਸ਼ਿਸ਼ ਕਰਨੀ ਹੈ ਕਿ ਆਪਾਂ ਜਿਹੜਾ ਹੈਗਾ ਪਸ਼ੂ ਨੂੰ ਪੂਰਾ 3 ਮਹੀਨਿਆਂ ਬਾਅਦ ਜਿਹੜਾ ਉਹ ਡੀਵਰਮਿੰਗ ਕਰਨੀ ਚਾਹੀਦੀ ਹੈ ਇੱਕੋ ਸਾਲਟ ਦੀ ਡੀਵਰਮਿੰਗ ਨਹੀਂ ਕਰਨੀ ਆਪਾਂ ਸਾਲਟ ਬਦਲ ਬਦਲ ਕੇ ਆਪਾਂ ਜਿਹੜਾ ਉਹਦੇ ਪੇਟ ਦੇ ਕੀੜਿਆਂ ਦੀ ਜਿਹੜੀ ਡੀਵਰਮਿੰਗ ਆ ਉਹ ਆਪਾਂ ਨੂੰ ਕਰਨੀ ਚਾਹੀਦੀ ਹੈ ਪਸ਼ੂ ਨੂੰ ਜਿਹੜਾ ਇੱਕ ਚਿੱਚੜਾਂ ਤੋਂ ਜਿਵੇਂ ਸਾਫ਼ ਧਿਆਨ ਰੱਖਣਾ ਚਾਹੀਦਾ ਆਪਾਂ ਨੂੰ ਕਿਉਂਕਿ ਜਿਹੜੀਆਂ 90% ਤੋਂ ਲੈ ਕੇ 95% ਜਿਹੜੀਆਂ ਬਿਮਾਰੀਆਂ ਵਾ ਉਹ ਪਸ਼ੂ ਨੂੰ ਚਿੱਚੜਾਂ ਤੋਂ ਆਉਂਦੀਆਂ ਨੇ ਲੋਕ ਜਦੋਂ ਚਿੱਚੜ ਪੈ ਜਾਂਦੇ ਆ ਉਸ ਤੋਂ ਬਾਅਦ ਵਿੱਚ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਜਿੰਨੀ ਮਰਜ਼ੀ ਫੀਡ ਪਾਈ ਜਾਓ ਪਰ ਆਪਣਾ ਪਸ਼ੂ ਜਿਹੜਾ ਦੁੱਧ ਤੇ ਉਨੀ ਵਧੀਆ ਆਪਣਾ ਪਰਫਾਰਮੈਂਸ ਨਹੀਂ ਦੇ ਪਾਵੇਗਾ ਇਸ ਲਈ ਆਪਾਂ ਚਿੱਚੜਾਂ ਦਾ ਵੀ ਆਪਣੇ ਫਾਰਮ ਦੇ ਵਿੱਚ ਜਿਹੜਾ ਹੈਗਾ ਆਪਾਂ ਖਾਸ ਧਿਆਨ ਰੱਖਣਾ ਵਾ ਅਤੇ ਜਿਵੇਂ ਆਪਾਂ ਵੀਡੀਓ ਵਿੱਚ ਗੱਲ ਕੀਤੀ ਹੈ ਵੀ 15 ਦਿਨ ਆਪਾਂ ਪਸ਼ੂ ਨੂੰ ਜਿਹੜਾ ਪੀਕ ਨਹੀਂ ਫੜਾਉਣਾ ਕਿਉਂਕਿ ਜਦੋਂ ਆਪਾਂ ਸ਼ੁਰੂਆਤੀ ਦਿਨਾਂ ਵਿੱਚ ਪਸ਼ੂ ਨੂੰ ਪੀਕ ਫੜਾ ਦਿੰਦੇ ਹਾਂ ਤਾਂ ਪਸ਼ੂ ਜਿਹੜਾ ਆਪਣਾ ਜਿਹੜਾ ਹੈਗਾ ਡਾਊਨ ਹੋ ਜਾਂਦਾ ਵਾ BCS ਟੁੱਟੂਗਾ ਵਿੱਚ ਪਸ਼ੂ ਰਿਪੀਟਰ ਹੋਵੇਗਾ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅੱਗੇ ਆ ਜਾਂਦੀਆਂ ਨੇ ਇਹ ਲਈ ਆਪਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਉਮੀਦ ਕਰਦਾ ਮੈਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਬੈੱਲ ਆਈਕਨ ਨੂੰ ਦਬਾ ਦਿਓ ਅਤੇ ਕਮੈਂਟ ਸੈਕਸ਼ਨ ਵਿੱਚ ਜਾ ਕੇ ਜ਼ਰੂਰ ਦੱਸੋ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਧੰਨਵਾਦ ਤੁਹਾਡਾ ਸਾਰੇ